ਅਸੀਂ ਇਹਨਾਂ ਨਾਲ ਬੜੀ ਜੈਂਟਲੀ ਗੱਲ ਕੀਤੀ ਤੇ ਫੋਨ ਤੇ ਗੱਲ ਕੀਤੀ। ਉਹਦੀ ਫੋਨ ਤੇ ਭਾਸ਼ਾ ਹੀ ਜੀ ਸੀਗੀ, ਠੇਕਾ ਦਿੱਤਾ ਹੋਇਆ। ਉਹ ਕਹਿੰਦਾ ਯਾਰ ਕਰ ਲਓ ਤੁਸੀਂ ਜਿਹੜਾ ਕੁਛ ਕਰਨਾ। ਸਾਨੂੰ ਪੁੱਛ ਰਿਹਾ ਫੋਨ ਤੇ ਸਾਨੂੰ ਚਾਹੀਦਾ ਕੀ ਹੈ। ਜਦ ਅਸੀਂ ਉਹਨੂੰ ਦੱਸਿਆ ਵੀ ਇੱਥੇ ਇੰਨੀਆਂ ਮੌਤਾਂ ਹੋ ਗਈਆਂ ਤੇ ਐਕਸੀਡੈਂਟ ਹੋ ਗਿਆ ਤੇ ਸਾਨੂੰ ਕਹਿ ਰਿਹਾ ਉਹ ਵੀ ਯਾਰ ਸਾਨੂੰ ਕਿਹੜਾ ਤੁਸੀਂ ਫੋਨ ਕਰਕੇ ਪਹਿਲਾਂ ਦੱਸਿਆ, ਸਾਨੂੰ ਫੋਨ ਕਰਕੇ ਦੱਸੋ ਪਹਿਲਾਂ। ਜੇ ਸਾਡੇ ਪੰਜਾਬੀਆਂ ਨੂੰ ਉਰੇ ਨੌਕਰੀ ਨਹੀਂ ਦੇ ਸਕਦੇ, ਸਾਡੇ ਪੰਜਾਬੀਆਂ ਨੂੰ ਉਰੇ ਠੇਕਾ ਨਹੀਂ ਦੇ ਸਕਦੇ, ਸਾਡੇ ਪੰਜਾਬ ਦੀਆਂ ਗੱਡੀਆਂ ਦਾ ਚਲਾ ਲਓ। ਜੇ ਅਸੀਂ ਨਾ ਆਉਂਦੇ ਤਾਂ ਇਹਨਾਂ ਨਾਲ ਹੱਥੋਂ ਪਈ ਹੁਣ ਤੱਕ ਗੱਲ ਚਲੀ ਜਾਣੀ ਸੀਗੀ। ਪਰ ਅਸੀਂ ਜਿੰਨੇ ਭਵਾਨੀਗੜ੍ਹ ਵਾਸੀ ਨੇ ਤੇ 66 ਪਿੰਡ ਵਾਲੇ ਨੇ, ਅਸੀਂ ਇਹਨਾਂ ਦਾ ਟੋਲ ਫ੍ਰੀ ਕਰਾਂਗੇ। ਕਿਸੇ ਬੰਦੇ ਕਾ ਵੀ ਮੇਰੇ ਪਾਸ ਮੇਂ ਕਾਲ ਨਹੀਂ ਆਇਆ ਕਿ ਫਲਾ ਜਗ੍ਹਾ ਐਕਸੀਡੈਂਟ ਹੋ ਗਿਆ ਹੈ, ਆਪ ਐਂਬੂਲੈਂਸ ਭੇਜੀ। ਮੇਰੇ ਪਾਸ ਮੇਂ ਕੋਈ ਇਨਫੋਰਮੇਸ਼ਨ ਤੱਕ ਮੈਂਟੇਨੈਂਸ ਵਾਲੇ ਦਾ ਚਿਹਰਾ ਹੀ ਨਹੀਂ ਮਿਲਿਆ ਸਾਨੂੰ। ਜਦ ਪੱਦੋ ਪਤਾ ਕੀ ਲੱਗਦਾ ਵੀ ਨਵਾਂ ਠੇਕੇਦਾਰ ਆ ਗਿਆ। ਇਹ ਤਾਂ ਜਿਹੜੇ ਇਹਨਾਂ ਨੂੰ ਵੀ ਕਾਲ ਲਾਉਂਦੇ ਆ, ਪਹਿਲਾਂ ਕਾਲ ਨਹੀਂ ਚੱਕਦੇ ਤੇ ਦੂਸਰਾ ਇਹ ਕਹਿੰਦੇ ਆ ਪੰਜਾਬੀ 'ਚ ਸਮਝਾਓ ਨੂੰ। ਹੈਡਰ ਜੇ ਕੋਈ ਪੰਜਾਬੀ 'ਚ ਕਹਿੰਦੇ ਵੀ ਉਹ ਨਹੀਂ ਇਹਨਾਂ ਨੂੰ ਪਤਾ ਲੱਗਦਾ। ਤੁਸੀਂ ਇੱਥੇ ਦੇਖਿਆ ਦਿਖਾ ਦਿਓ ਕਿਤੇ ਸਾਰੇ, ਮੈਨੂੰ ਕਿਤੇ ਕੋਈ ਹੈਡਰ ਖੜਾ ਵੀ ਜਿਹੜਾ ਕੋਈ ਬਾਹਨ ਆਪ 'ਚ ਭਿੜ ਜਾਣ, ਜਿਹੜਾ ਉਹਨਾਂ ਨੂੰ ਕੱਢ ਕੇ ਵੱਖ ਕਰਦੇ। ਇਹ 10-33 ਨੰਬਰ ਹੈ ਇਹਨਾਂ ਦਾ, ਉਹ ਸਾਹਮਣੇ ਐਂਬੂਲੈਂਸਾਂ ਖੜੀ ਆ। ਇਹਨਾਂ ਨੇ ਇਹ ਕਾਗਜ਼ਾਂ ਦਾ ਹਕੜਾ ਰੱਖਿਆ। ਇਹ ਜਿਹੜਾ ਇਹਨਾਂ ਦਾ ਮੇਨ NH ਦਾ ਰੋਡ ਹੈ, ਇਹ ਸੋਨੀਆਂ ਵਾਲੀ ਬੀੜ ਬਣਿਆ ਪਿਆ। ਇਹ ਨਹੀਂ ਪਤਾ ਵੀ ਕਿੱਥੇ ਕੁੱਤੇ ਬੈਠੇ ਆ, ਕਿੱਥੇ 'ਚ ਆਵਾਰਾ ਪਸ਼ੂ ਬੈਠੇ ਆ, ਤੇ ਕਿੱਥੇ ਕੋਈ ਮੋਟਰਸਾਈਕਲ ਵਾਲਾ ਜਲਦੀ ਜਾਣ ਦਾ ਮਾਰਾ ਵਿੱਚ ਦੀ ਕਿੱਧਰੋਂ ਨਿਕਲਿਆ ਆਵੇ। ਅਜੇ ਬੜਾ ਮੰਦਭਾਗੀ ਹਾਦਸਾ ਹੁੰਦਾ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਰੋਸ ਨਜ਼ਰ ਆਉਂਦਾ ਹੈ। ਤਾਂ ਜਿਹੜਾ ਹਾਦਸਾ ਹੁੰਦਾ ਤਾਂ ਕਿਤੇ ਨਾ ਕਿਤੇ ਕੱਟਾਂ ਨੂੰ ਲੈ ਕੇ, ਲਾਈਟਾਂ ਨੂੰ ਲੈ ਕੇ ਵੱਡੇ ਜਿਹੜੇ ਨਿਸ਼ਾਨੇ ਨੇ ਤਾਂ ਉਹ ਲੱਗਦੇ ਨਜ਼ਰ ਆਉਂਦੇ ਨੇ। ਤਾਂ ਜਿਹੜਾ ਸ਼ਹਿਰ ਵਾਸੀ ਨੇ ਤਾਂ ਉਹ ਟੋਲ ਕੰਪਨੀ ਤੇ ਪਹੁੰਚਦੇ ਨੇ, ਤਾਂ ਟੋਲ ਮੈਨੇਜਰ ਵੀ ਜਿਹੜੇ ਉੱਥੇ ਮੌਜੂਦ ਨੇ। ਸਰ 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 ਇੱਕ ਮਿੰਟ ਸਰ, ਰਾਤ ਐਕਸੀਡੈਂਟ ਹੋਇਆ, ਟੋਲ ਕੀ ਕੋਈ ਵੀ ਸੁਵਿਧਾ ਲੋਕੋਂ ਕੋ ਪਹੁੰਚਾਈ ਆਪ? ਸਰ ਹਮੇ ਖਬਰ ਨਹੀਂ ਮਿਲੀ ਹੈ। ਅਗਰ ਹਮੇ ਇਨਫੋਰਮੇਸ਼ਨ ਮਿਲਤਾ ਕਿ ਭਾਈ ਫਲਾ ਜਗ੍ਹਾ ਐਕਸੀਡੈਂਟ ਹੋਇਆ ਹੈ, ਤੋ ਯਹਾਂ ਪਰ ਜੋ ਐਂਬੂਲੈਂਸ ਹੋਤਾ ਹੈ ਉਸੇ ਹਮ ਭੇਜ ਦੇਤੇ, ਹੈਡਰ ਹੈ ਤੋ ਉਸੇ ਹਮ ਭੇਜ ਦੇਤੇ। ਤੋ ਲੋਕ ਵੀ ਬਤਾ ਰਹੇ ਹੈ ਵੀ ਹਮਨੇ ਕਾਲ ਵੀ ਕੀ, ਪਰ ਫਿਰ ਵੀ ਵੋ ਕੋਲ ਹਮਾਰੇ ਪਾਸ ਕੋਈ ਕਾਲ ਨਹੀਂ ਆਇਆ। 1033 ਕੋ ਹਮ ਨਹੀਂ ਦੇਖਤੇ ਹੈ ਸਰ, ਯੇ NHI ਕਾ ਡਾਇਰੈਕਟ ਨੰਬਰ ਹੈ, ਵੋ NHI ਕੇ ਪਾਸ ਜਾਤਾ ਹੈ ਤੋ NHI ਵਾਲੇ ਹਮੇ ਕਾਲ ਕਰਤੇ ਹੈ। ਤੋ 1033 ਕਾ ਕਾਲ ਵੀ ਹਮਾਰੇ ਪਾਸ ਮੇ ਨਹੀਂ ਆਇਆ, ਔਰ ਪਰਸਨਲ ਕਿਸੀ ਬੰਦੇ ਕਾ ਵੀ ਮੇਰੇ ਪਾਸ ਮੇ ਕਾਲ ਨਹੀਂ ਆਇਆ ਕਿ ਫਲਾ ਜਗ੍ਹਾ ਐਕਸੀਡੈਂਟ ਹੋ ਗਿਆ ਹੈ, ਆਪ ਐਂਬੂਲੈਂਸ ਭੇਜੀ। ਮੇਰੇ ਪਾਸ ਮੇ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਸਰ। ਬਾਤ ਚੀਤ ਕੀ ਜਾਏ, ਆਪਕੇ ਅੰਡਰ ਕਿਆ ਕਿਆ ਕੰਮ ਆਤੇ ਹੈ ਸ਼ਹਿਰ ਵਾਸੀ? ਸਿਰਫ ਕਲੈਕਸ਼ਨ ਏਜੰਸੀ ਹੈ ਹਮ ਸਰ, ਹਮਾਰਾ ਕੰਮ ਸਿਰਫ ਕਲੈਕਸ਼ਨ ਕਾ ਹੈ ਸਰ। ਬਾਕੀ ਜੋ ਵੀ ਮੇਨਟੇਨੈਂਸ ਵਗੈਰਾ ਕਾ ਹੈ ਹਮਾਰੀ ਕੰਪਨੀ ਕਾ, ਇਸ ਸੇ ਕੋਈ ਲੈਣਾ ਦੇਣਾ ਨਹੀਂ। ਯੇ ਸਭ NHI ਕੇ ਅੰਡਰ ਮੇ ਹੈ, ਔਰ NHI ਨੇ ਮੇਨਟੇਨੈਂਸ ਜਿਨਕੋ ਦੇ ਕੇ ਰੱਖਾ ਹੋ ਵੋ ਯੇ ਕੰਮ ਦੇਖੇਂਗੇ। ਸਮੇਂ ਸੇ ਜੋ ਮੇਨਟੇਨੈਂਸ ਕੰਪਨੀ ਹੈ ਵੋ ਸ਼ਹਿਰ ਤੋਂ ਆਏ ਹੋਏ ਤਕਰੀਬਨ ਸਾ ਦੁਆੜਾ ਹੀ ਮਹੀਨੇ ਹੋਏ ਹੈ, ਔਰ ਤਬ ਸੇ ਮੈਂ ਇਹ ਦੇਖ ਰਹਾ ਹੂੰ ਕੋਈ ਮੇਨਟੇਨੈਂਸ ਕੰਪਨੀ ਨਹੀਂ। ਅਭੀ ਮੁਝੇ ਪਤਾ ਚੱਲਿਆ ਕਿ ਹਫਤਾ 10 ਦਿਨ ਪਹਿਲੇ ਯੇ ਮੇਨਟੇਨੈਂਸ ਕੰਪਨੀ ਕਾ ਇੱਕ ਕੰਟੈਕਟ ਕੰਪਲੀਟ ਹੋਇਆ ਹੈ, ਤੋ ਹੋ ਸਕਤਾ ਕੁਝ ਦਿਨੋਂ ਮੇ ਵੋ ਲੋਗ ਆਪਣਾ ਕੰਮ ਸ਼ੁਰੂ ਕਰੇ। ਅਭੀ 10 ਮਿੰਟ ਪਹਿਲੇ ਮੇਰੇ ਪਾਸ ਮੇ ਲਾਈਟ ਵਾਲੇ ਆਏ ਥੇ, ਔਰ ਵੋ ਲਾਈਟ ਰੱਖਨੇ ਕੀ ਜਗ੍ਹਾ ਮੰਗ ਰਹੇ ਥੇ, ਤੋ ਯਹਾਂ ਪਰ ਵੋ ਲਾਈਟ ਰੱਖੇਂਗੇ, ਤੋ ਬਤਾ ਰਹੇ ਥੇ ਕਿ 3-4 ਦਿਨ ਕੇ ਅੰਦਰ ਮੇ ਲਾਈਟਸ ਯਹਾਂ ਪਰ ਆ ਜਾਏਗੀ, ਔਰ ਉਸਕੇ ਬਾਅਦ ਮੇ ਹਮ ਕੰਮ ਚਾਲੂ ਕਰੇਂਗੇ। ਤਾਂ ਸ਼ਹਿਰ ਵਾਸੀ ਮੌਜੂਦ ਨੇ ਕਿਵੇਂ ਦੇਖਦੇ? ਭਾਜੀ ਗੱਲ ਪਤਾ ਕੀ ਹੈ, ਦੇਖੋ ਹਰ ਵਾਰ ਇਹੀ ਗੱਲ ਆ ਜਾਂਦੀ ਹੈ। ਇਹ ਕਹਿੰਦੇ ਨੇ ਅਸੀਂ ਕਲੈਕਸ਼ਨ ਕਰਦੇ ਹਾਂ, ਅਸੀਂ ਮੈਂਟੇਨੈਂਸ ਵਾਲੇ ਨਹੀਂ। ਸਾਨੂੰ ਅੱਜ ਤੱਕ ਮੈਂਟੇਨੈਂਸ ਵਾਲੇ ਦਾ ਚਿਹਰਾ ਹੀ ਨਹੀਂ ਮਿਲਿਆ ਸਾਨੂੰ। ਜਦ ਪੱਦੋ ਪਤਾ ਕੀ ਲੱਗਦਾ ਵੀ ਨਵਾਂ ਠੇਕੇਦਾਰ ਆ ਗਿਆ। ਇਹ ਤਾਂ ਕੋਈ ਗੱਲ ਨਾ ਬਣੀ। ਅਸੀਂ ਇਹਨਾਂ ਨੂੰ ਟੋਲ ਦਿੰਦੇ ਹਾਂ, ਅਸੀਂ ਇਹਨਾਂ ਨੂੰ ਪੈਸੇ ਦਿੰਦੇ ਹਾਂ 3-3, 4-4 ਸੌ ਰੁਪਇਆ, ਠੀਕ ਹੈ? ਜਦੋਂ ਇੱਥੇ ਅਸੀਂ ਕਿਸੇ ਨੌਜਵਾਨ ਨੂੰ ਗਵਾ ਲੈਂਦੇ ਹਾਂ ਨਾ, ਫਿਰ ਆਹੀ ਇਹਨਾਂ ਦਾ ਜਵਾਬ ਹੁੰਦਾ ਵੀ ਲਾਈਟਾਂ ਆ ਗਈਆਂ, ਬਸ 2-4 ਦਿਨਾਂ ਤੁਹਾਨੂੰ ਲਾਈਟਾਂ ਚੱਲਦੀਆਂ ਦਿਖਣਗੀਆਂ, ਜਦਕਿ ਕੋਈ ਲਾਈਟ ਨਹੀਂ ਚੱਲਦੀ, ਕੋਈ ਲਾਈਟ ਨਹੀਂ ਚੱਲਦੀ, ਕੋਈ ਐਂਬੂਲੈਂਸ ਨਹੀਂ ਹੁੰਦੀ। ਐਂਬੂਲੈਂਸ ਇਹਨਾਂ ਦੀ ਦੱਸ ਰਹੇ ਨੇ ਵੀ ਸਬਜ਼ੀਆਂ ਢੋ ਰਹੀ ਹੈ। ਇਸ ਕਰਕੇ ਜਦੋਂ ਆ ਹੁਣੇ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਮੈਂਟੇਨੈਂਸ ਵਾਲਿਆਂ ਨਾਲ, ਉਹਦੀ ਭਾਸ਼ਾ ਐਡੀ ਕੁ ਬੱਤਰ ਹੈ,
ਜੇ ਉਰੇ ਉਰੇ ਹੁੰਦਾ ਨਾ ਉਹਦੇ ਨਾਲ ਜੱਤੋਂ ਭਾਈ ਉਹ ਨੌਬਤ ਆ ਜਾਂਦੀ। ਮੈਂ ਜਿਸ ਤਰੀਕੇ ਮੈਂ ਗੱਲਬਾਤ ਕਰ ਰਿਹਾ ਸੀਗਾ ਰਾਕੇਸ਼ ਜੀ ਨੇ ਉਹਨਾਂ ਦੇ ਜੋ ਪਟਿਆਲਾ ਬੈਠਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਹਮ ਕਿਆ ਚਾਹੀਏ ਆਪਕੋ, ਤਾਂ ਤੁਹਾਨੂੰ ਲੱਗਦਾ ਕਿ ਟੋਲ ਮੇਨਟੇਨੈਂਸ ਦੇ ਇੱਕ ਏਦਾਂ ਦੇ ਮੁਲਾਜ਼ਮ ਦੀ ਇਹ ਸ਼ਬਦਾਵਲੀ ਵਰਤਣੀ ਸੀ? ਦੇਖੋ ਵੀ ਉਹਦੀ ਭਾਸ਼ਾ ਕੀ ਹੈ, ਅਸੀਂ ਪਤਾ ਨਹੀਂ ਕਿੰਨੇ ਨੌਜਵਾਨ ਗਵਾਤੇ, 5 ਮੌਤਾਂ ਹੋ ਗਈਆਂ, ਇੱਕ ਨੌਜਵਾਨ ਅਸੀਂ ਕੱਲ ਗਵਾਇਆ, ਇਹਦੀ ਭਾਸ਼ਾ ਕੀ ਹੈ ਬੰਦੇ ਦੀ, ਹੱਦ ਹੋ ਜਾਂਦੀ ਹੈ ਯਾਰ। ਮੈਂ ਤਾਂ ਪਤਾ ਕੀ ਹੈ ਕਸੂਰ ਫਿਰ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਆ ਜਾਂਦਾ, ਜਿਹੜੇ ਘਰਾਂ 'ਚ ਬੜੇ ਬੈਠੇ ਨੇ, ਜਿਹੜੇ ਬੋਲਦੇ ਨਹੀਂ, ਇੱਥੇ ਆਉਂਦੇ ਟੋਲ ਪਟਾ ਕਟਾ ਕੇ ਤੁਸੀਂ ਲੰਘ ਜਾਂਦੇ ਹੋ। ਇਹ ਜਿਹੜੇ ਅੱਜ ਨੌਜਵਾਨ ਦੀ ਮੌਤ ਹੋਈ ਹੈ ਨਾ, ਇਹ ਤੁਹਾਡਾ ਵੀ ਕਿਤੇ ਨਾ ਕਿਤੇ ਬੱਚਾ ਇਹੋ ਜਿਹੀ ਦੁਰਘਟਨਾ 'ਚ ਆ ਸਕਦਾ। ਉਹ ਤੁਸੀਂ ਇਕੱਠੇ ਹੋ ਜਾਓ ਆ ਕੇ, ਆਪਾਂ ਇਹਨਾਂ ਨੂੰ, ਸਾਨੂੰ ਟੋਲ ਦੇਣ ਤੋਂ ਦਿੱਕਤ ਨਹੀਂ ਹੈਗੀ, ਸਾਨੂੰ ਦਿੱਕਤ ਹੈ ਕਿਹੋ ਜਿਹੀਆਂ ਭਾਸ਼ਾਵਾਂ ਤੋਂ ਅਸੀਂ ਨੌਜਵਾਨ ਗਵਾਲੇ ਇਹੋ ਜਿਹੀਆਂ ਭਾਸ਼ਾ ਵਰਤਦੀਆਂ ਨੇ। ਉਰੇ ਪਿੱਛੇ ਜੇ ਪਹਿਲਾਂ ਵੀ ਮੈਡਮ ਆਏ ਸੀਗੇ ਉੱਪਰ ਜਾ ਕੇ, ਉਦੋਂ ਇੰਟੀਨੇਸ਼ਨ ਦੇ ਕੇ ਗਏ ਸੀਗੇ ਵੀ ਜੀ ਮੇਰੀ ਗੱਲ ਹੋ ਗਈ, ਤੁਹਾਡੇ ਲਾਈਟਾਂ ਵੀ ਚੱਲ ਪਜਾਣਗੀਆਂ, ਤੁਹਾਡੇ ਸਾਰੇ ਕੰਮ ਹੋ ਜਾਣਗੇ, ਉਦੋਂ ਬਾਅਦ ਕਿੱਥੇ ਗਏ? ਫਰਜ਼ ਨਹੀਂ ਬਣਦਾ, ਅਸੀਂ ਵੋਟਾਂ ਲੈ ਕੇ ਬੈਠਣ ਦੇ ਯੋਗ ਹਾਂ ਯਾਰ। ਇਸ ਕਰਕੇ ਇਹਨਾਂ ਦੀ ਭਾਸ਼ਾ ਇਹੋ ਜਿਹੀ ਹੈ, ਮੈਂ ਤੁਹਾਨੂੰ ਚਾਹੁੰਦਾ ਵੀ ਉਹਦੀ ਜਿਹੜੀ ਨਿਊਜ਼ ਹੈ ਨਾ ਉਹ ਵੀ ਚਲਾਇਓ, ਇਹ ਲੋਕਾਂ ਨੂੰ ਸਾਡੇ ਨੂੰ ਪਤਾ ਤਾਂ ਲੱਗੇ ਵੀ ਇਹ ਸਾਡੇ ਦੇ ਸਿਰ ਤੇ ਬਹਿ ਕੇ ਸਾਡੇ ਪੈਸੇ ਨਾਲ, ਪੰਜਾਬ ਦੇ ਪੈਸੇ ਨਾਲ ਇਹ ਸਾਡੇ ਨਾਲ ਭਾਸ਼ਾ ਕੀ ਵਰਤ ਰਹੇ ਨੇ, ਬੋਲ ਕੀ ਰਹੇ ਨੇ। ਘੱਟੋ ਘੱਟ ਪੰਜਾਬ ਸਰਕਾਰ ਦੀ ਨੀਂਦ ਤਾਂ ਖੁੱਲ ਜੇ, ਅਸੀਂ ਨੌਜਵਾਨਾਂ ਨੂੰ ਮਰਵਾ ਰਹੇ ਹਾਂ, ਨੌਜਵਾਨਾਂ ਪੰਜਾਬੀ ਨੌਜਵਾਨਾਂ ਦੀ ਇਹਨਾਂ ਤੋਂ ਬੇਇੱਜ਼ਤੀਆਂ ਕਰਵਾ ਰਹੇ ਹਾਂ, ਹੱਦ ਹੋ ਜਾਂਦੀ ਆ ਯਾਰ। ਮੈਂ ਆਹ ਮੇਰਾ ਭਾਈ ਖੜਾ, ਸਾਨੂੰ ਕਿਸੇ ਪਾਰਟੀਬਾਜ਼ੀ ਨਾਲ ਨਹੀਂ, ਉਰੇ ਆਪ ਵਾਲੇ ਵੀ ਨੇ, ਸ਼ਹਿਰ ਵਾਸੀਆਂ ਨੂੰ, 66 ਪਿੰਡ ਵਾਲਿਆਂ ਨੂੰ, ਭਵਾਨੀਗੜ੍ਹ ਵਾਸੀਆਂ ਨੂੰ ਬੇਨਤੀ ਕਰਦੇ ਹਾਂ, ਅਸੀਂ ਇੱਕ ਮੰਚ 'ਤੇ ਇਕੱਠੇ ਹੋਈਏ, ਇਹਨਾਂ ਨੂੰ ਇਲੈਕਸ਼ਨ ਤੋਂ ਬਾਅਦ ਇੱਕ ਦਿਨ ਦੇ ਦਈਏ, ਉਦੋਂ ਬਾਅਦ ਸਾਰੇ ਭਵਾਨੀਗੜ੍ਹ ਵਾਸੀਆਂ ਦਾ, ਸਾਰੇ ਪਿੰਡ ਵਾਲਿਆਂ ਦਾ ਅਸੀਂ ਟੋਲ ਫ੍ਰੀ ਕਰਾਂਗੇ, ਜਿੰਨਾ ਚਿਰ ਸਾਰੀਆਂ ਲਾਈਟਾਂ ਨਹੀਂ ਚੱਲਦੀਆਂ, ਜਿਹੜਾ ਜਿਹੜਾ ਘਾਹ ਹੋਇਆ ਪਿਆ ਉਹਨੂੰ ਅਪੀਲ ਕਰੋਗੇ? ਕਿਉਂਕਿ ਜਦੋਂ ਕਿ ਯੂਨੀਅਨ, ਅਸੀਂ ਕਿਸਾਨਾਂ ਦੀ ਜਵਾਕ ਹਾਂ, ਅਸੀਂ ਕਿਸਾਨ ਯੂਨੀਅਨ ਵਾਲਿਆਂ ਦੀ ਜਵਾਕ ਹਾਂ, ਇਹ ਵੀ ਖੇਤੀ ਕਰਦੇ ਆ, ਸਰਪੰਚ ਸਾਹਿਬ ਖੇਤੀ ਕਰਦੇ ਨੇ, ਮੈਂ ਖੇਤੀ ਕਰਦਾ, ਕਿਸਾਨ ਯੂਨੀਅਨ ਦੇ ਜਵਾਕ ਹਾਂ, ਜਦੋਂ ਅਸੀਂ ਉਰੇ ਬਹਿ ਗਏ ਨਾ ਕਿਸਾਨ ਯੂਨੀਅਨ ਵਾਲਿਆਂ ਦਾ ਸਾਡੇ ਸਿਰ 'ਤੇ ਆਸ਼ੀਰਵਾਦ ਦੇਣ ਆ ਜਾਣਾ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਆਮ ਪਬਲਿਕ ਇੱਥੋਂ ਗੁਜ਼ਰਦੀ ਹੈ ਨਾ, ਉਹ ਉਰੇ 200-300 ਰੁਪਇਆ ਦਿੰਦੀ ਹੈ, ਉਹਨਾਂ ਨੂੰ ਮੈਂ ਜਗਾਉਣਾ ਚਾਹੁੰਦਾ। ਬੜੀ ਮੰਦਭਾਗੀ ਗੱਲ ਹੈ ਗੁਰਪ੍ਰੀਤ ਜੀ, ਉਹ ਜਿਹੜੀ ਬੱਸ ਇਹ ਲੰਘੀ ਸੀ ਤਾਂ ਉਹ ਇਸੇ ਰਸਤੇ 'ਚੋਂ ਲੰਘੀ ਸੀ, ਟੋਲ ਪੈਸੇ ਦੇ ਕੇ ਲੰਘੀ ਸੀ, ਹਾਦਸਾ ਹੋ ਜਾਂਦਾ, ਕਈ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ, ਤਾਂ ਬੜੀ ਮੰਦਭਾਗੀ ਗੱਲ ਹੈ ਵੀ ਜਿਹੜੀਆਂ ਮੌਤਾਂ ਵੀ ਹੁੰਦੀਆਂ ਸਾਡੇ ਸ਼ਹਿਰ ਦੇ ਇੱਕ ਨੌਜਵਾਨ ਦੀ। ਬਿਲਕੁਲ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਰਿਸ਼ਪਿੰਦਰ ਜੀ, ਯੁਵਰਾਜ ਜੀ, ਚਲੋ ਤੁਸੀਂ ਜਿਹੜੇ ਭਰਾ ਹੋ ਇਹੋ ਜਿਹੇ ਮੁੱਦਿਆਂ 'ਤੇ ਘੱਟੋ ਘੱਟ ਆਪਣਾ ਜਿਹੜਾ ਤੁਹਾਡਾ ਚੈਨਲ ਆ ਉਹਦੇ ਰਾਹੀਂ ਤੁਸੀਂ ਆਵਾਜ਼ ਬੁਲੰਦ ਕਰਦੇ ਹੋ, ਤੁਹਾਡਾ ਤਹਿ ਦਿਲੋਂ ਧੰਨਵਾਦ ਆ। ਦੂਸਰੀ ਗੱਲ, ਇਸ ਤੋਂ ਬੜਾ ਮੰਦਭਾਗਾ ਕੀ ਹੋ ਸਕਦਾ ਕਿ ਹਰ ਰੋਜ਼ ਪੰਜਾਬ ਦੇ ਲੋਕਾਂ ਦੇ, ਸਾਡੇ ਭਵਾਨੀਗੜ੍ਹ ਵਾਸੀਆਂ ਦੇ, ਸੰਗਰੂਰ ਵਾਸੀਆਂ ਦੇ, ਇੱਥੋਂ ਤੱਕ ਕਿ ਬਠਿੰਡੇ ਤੱਕ ਦੇ ਜਿਹੜੇ ਲੋਕ ਆ ਇਸ ਰਸਤੇ ਤੋਂ ਰੋਜ਼ ਚੰਡੀਗੜ੍ਹ ਨੂੰ ਜਾਂਦੇ ਆ, ਕਿਸੇ ਨੇ PGI ਜਾਣਾ, ਕਿਸੇ ਨੇ ਰਜਿੰਦਰਾ ਹੌਸਪੀਟਲ ਜਾਣਾ, ਇਹ ਮੇਨ ਆ। ਇੰਨਾ ਬੁਰਾ ਹਾਲ ਹੈ ਇਸ ਰੋਡ ਦੇ ਉੱਤੇ, ਕੱਲ੍ਹ ਇੱਕ ਬਹੁਤ ਹੀ ਮੰਦਭਾਗਾ ਜਿਹੜਾ ਹਾਦਸਾ ਉਹ ਵਾਪਰਿਆ, ਜਿਹਦੇ 4-5 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ, ਹਲੇ ਕਾਫੀ ਜ਼ਖਮੀ ਨੇ, ਸੁੱਖ ਰੱਖੇ ਪਰਮਾਤਮਾ ਕਿ ਉਹ ਸਾਰੇ ਠੀਕ ਠਾਕ ਆਪਣੇ ਘਰੇ ਵਾਪਸ ਆ ਜਾਣ। ਪਰ ਤੁਸੀਂ ਇਹ ਲਾ ਲਓ, ਅਸੀਂ ਵੀ ਗੱਲ ਕਰ ਰਹੇ ਸੀਗੇ, ਮੈਂ ਫੋਨ ਤੇ ਇਹਨਾਂ ਦੇ ਜਿਹੜੇ ਹੈਡ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ, ਸਭ ਤੋਂ ਵੱਡੀ ਗੱਲ ਹਿੰਦੀ ਦੇ ਵਿੱਚ ਗੱਲ ਕੀਤੀ, ਤੁਸੀਂ ਦੁਬਾਰਾ ਕੋਲ ਲਓ ਕੀ ਉਹ ਕਾਲ ਚੱਕਦੇ ਨੇ? ਮੈਂ ਤੁਹਾਨੂੰ ਦੱਸਦਾ, ਮੈਂ ਇਹਦੇ ਤੇ ਰਾਤ ਵੀ ਕਾਲ ਕੀਤੀ ਸੀ, ਇਹਨਾਂ ਦਾ ਜਿਹੜਾ 10-33 ਨੰਬਰ ਆ, ਤੇ ਇੱਥੋਂ ਜਿਹੜੇ ਇਹਨਾਂ ਨੂੰ ਵੀ ਕਾਲ ਲਾਉਂਦੇ ਆ, ਪਹਿਲਾਂ ਕਾਲ ਨਹੀਂ ਚੱਕਦੇ, ਤੇ ਦੂਸਰਾ ਇਹ ਕਹਿੰਦੇ ਆ ਪੰਜਾਬੀ 'ਚ ਸਮਝਾਓ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੁੱਛਣਾ ਚਾਹੁੰਦਾ, ਅਪੀਲ ਵੀ ਕਰਨੀ ਚਾਹੁੰਦਾ, ਠੀਕ ਆ ਇਹ NH ਦਾ ਜਿਹੜਾ ਟੋਲ ਪਲਾਜ਼ਾ, ਇਹ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਹੋ ਕੇ ਇਹ ਰੋਡ ਬਣਿਆ,
ਕੀ ਇੱਥੇ ਪੰਜਾਬੀ ਨਹੀਂ ਚਾਹੀਦੇ? ਇੱਥੇ 75-25 ਦੀ ਰੇਸੋ ਚਾਹੀਦੀ ਹੈ। ਅਸੀਂ ਨਹੀਂ ਕਹਿੰਦੇ ਬਾਹਰਲਿਆਂ ਨੂੰ ਨਾ ਦਿਓ, ਜਿਹੜਾ ਮੇਨ ਕੁਰਸੀ ਤੇ ਬੈਠਾ ਜਿਹਨੇ ਕਾਲ ਅਟੈਂਡ ਕਰਨੀ ਹੈ ਉਹ ਪੰਜਾਬੀ ਨਹੀਂ ਹੋਣਾ ਚਾਹੀਦਾ? ਪੰਜਾਬ ਦੇ ਵਿੱਚ ਜੇ ਕੋਈ ਪੰਜਾਬੀ ਉਹ ਨਹੀਂ ਕਿਸੇ ਨੂੰ ਆ ਰਹੀ, ਉਹ ਕਿਸੇ ਦੀ ਸਹਾਇਤਾ ਕਿਵੇਂ ਕਰੇਗਾ? ਤੁਸੀਂ ਦੇਖੋ ਉਰੇ ਇਹਨਾਂ ਨੂੰ ਹੈਡਰ ਜੇ ਕੋਈ ਪੰਜਾਬੀ 'ਚ ਕਹਿੰਦੇ ਵੀ ਉਹ ਨਹੀਂ ਇਹਨਾਂ ਨੂੰ ਪਤਾ ਲੱਗਦਾ। ਤੁਸੀਂ ਇੱਥੇ ਦੇਖਿਆ, ਦਿਖਾ ਦਿਓ ਕਿਤੇ ਸਾਰੇ ਮੈਨੂੰ ਕਿਤੇ ਕੋਈ ਹੈਡਰ ਖੜਾ ਵੀ ਜਿਹੜਾ ਕੋਈ ਬਾਹਣ ਆਪ 'ਚ ਭਿੜ ਜਾਣ, ਜਿਹੜਾ ਉਹਨਾਂ ਨੂੰ ਕੱਢ ਕੇ ਵੱਖ ਕਰਦੇ। ਇਹ 10-33 ਨੰਬਰ ਹੈ ਇਹਨਾਂ ਦਾ, ਉਹ ਸਾਹਮਣੇ ਐਂਬੂਲੈਂਸਾਂ ਖੜੀ ਆ, ਇਹਨਾਂ ਨੇ ਇਹ ਕਾਗਜ਼ਾਂ ਦਾ ਖੜਾ ਰੱਖਿਆ। ਇਹਦੇ 'ਤੇ ਰਾਤ ਵੀ ਟਰਾਈ ਕੀਤਾ, ਹੁਣ ਇਹਨਾਂ ਦੇ ਮੈਨੇਜਰ ਨੂੰ ਕਿਹਾ ਤੁਸੀਂ ਲਾ ਲਓ, ਫਿਰ ਉਹ ਕਹਿੰਦੇ ਨੇ ਇਹ ਸਾਡੀ ਜ਼ਿੰਮੇਵਾਰੀ ਨਹੀਂ, ਤੁਸੀਂ ਲਾਓ। ਦੇਖੋ ਤਸਵੀਰ, ਦੇਖ ਸਕਦੇ 10-33 ਨੰਬਰ 'ਤੇ ਜਿਹੜਾ ਕਾਲ ਲਈ ਬਾਰ ਬਾਰ 2 ਵਾਰ 3 ਵਾਰ ਇਹ ਕਾਲ ਲਾਉਣ ਤੇ ਵੀ ਪਹਿਲਾਂ ਤੋਂ ਬਾਰ ਬਾਰ ਇਹੀ ਪੁੱਛਦੇ, ਹਿੰਦੀ ਲਈ 1 ਦਬਾਓ, ਇੰਗਲਿਸ਼ ਲਈ 2 ਦਬਾਓ। ਉੱਥੇ ਵੀ ਪੰਜਾਬੀ ਕਿਤੇ ਕੰਪਲਸਰੀ ਨਹੀਂ ਹੈਗੀ, ਜੋ ਬਹੁਤ ਹੀ ਮੰਦਭਾਗ ਹੈ ਪੰਜਾਬ ਦੇ। ਅਸੀਂ ਸਿੰਮਾਂ ਦੇ ਵਿੱਚ ਵੀ ਦੇਖਦਾ ਜਿੰਨੇ ਟੋਲ ਫਰੀ ਨੰਬਰ ਨੇ ਤਾਂ ਪੰਜਾਬੀ ਦੇ ਵਿੱਚ ਗੱਲ ਹੁੰਦੀ ਹੈ, ਖਾਸ ਤੌਰ ਤੇ ਉਹ ਚਾਹੇ ਇੰਟਰਨੈਸ਼ਨਲ ਪੱਧਰ ਦੀਆਂ ਕੰਪਨੀਆਂ। ਬਿਲਕੁਲ, ਤੁਸੀਂ ਕਿਹਾ ਮੈਂ ਸਿੰਮ ਤਾਂ ਕੋਈ ਵੀ ਕੰਪਨੀਆਂ ਜਿਹੜੀ ਆਪਣਾ ਸਿੰਮ ਲਾਂਚ ਕਰਦੀ ਆ, ਡਾਟਾ ਵੇਚਦੀ ਆ, ਚਾਹੇ ਉਹ ਜੀਓ ਆ, ਚਾਹੇ ਏਅਰਟੈਲ ਆ, ਚਾਹੇ ਆਈਡੀਆ, ਚਾਹੇ ਵੋਡਾਫੋਨ ਆ, ਜੋ ਵੀ ਆ, ਉਹਨਾਂ ਦੇ ਵਿੱਚ ਆਪਸ਼ਨ ਹੈ ਕਿ ਪੰਜਾਬੀ ਲਈ 3 ਦਬਾਓ। ਪਰ ਇੱਥੇ ਨੈਸ਼ਨਲ ਹਾਈਵੇ ਨਿਕਲਣਾ ਇਹਨੇ 500 ਕਿਲੋਮੀਟਰ ਪੰਜਾਬ ਵਿੱਚ ਦੀ ਆ, ਇੱਕ ਵੀ ਥਾਵੇਂ ਪੰਜਾਬੀ ਲਈ ਕੋਈ ਆਪਸ਼ਨ ਨਹੀਂ। ਦੂਸਰਾ, ਵਾਰ ਵਾਰ ਇਹਨਾਂ ਨੂੰ ਕਰੋ, ਇਹ ਕਹਿੰਦੇ ਆ ਪਹਿਲਾਂ ਵਾਰ ਵਾਰ ਇਹ ਦਬਾਓ ਇਹ ਦਬਾਓ, ਚਲੋ ਬੰਦਾ ਦੱਬਦਾ, ਫਿਰ ਕਹਿੰਦੇ ਆ ਸਾਰੀਆਂ ਲਾਈਨਾਂ ਵਿਅਸਤ ਨੇ। ਤੁਹਾਡੀ ਕਾਲ ਜਲਦੀ ਹੀ ਕਨੈਕਟ ਕੀਤੀ ਜਾਊਗੀ। ਬੰਦੇ ਦੇ ਇੱਕ ਜਾਨ ਨਿਕਲਣ 'ਚ ਮਰਨ 'ਚ ਦੇਖੋ ਕਿੰਨਾ ਸਮਾਂ ਲੱਗ ਸਕਦਾ। ਜਿਹੜੇ ਬੰਦੇ ਦਾ ਐਕਸੀਡੈਂਟ ਹੋਇਆ, ਬਲੀਡਿੰਗ ਹੋ ਰਹੀ ਹੈ, ਜੇ ਉਹ 2 ਜਾਂ 3 ਮਿੰਟ ਦੇ ਵਿੱਚ ਉਹਨੂੰ ਕੋਈ ਮੁੱਢਲੀ ਸਹਾਇਤਾ ਨਾ ਮਿਲੀ, ਐਂਬੂਲੈਂਸ ਨਾ ਮਿਲੀ, ਬੰਦੇ 'ਚ ਕੀ ਆ ਜੀ? ਬੰਦਾ ਮਿੰਟ 'ਚ ਜਾਨ ਨਿਕਲ ਜਾਂਦੀ ਆ। ਅਤੇ ਬਿਲਡਿੰਗਾਂ ਜਿਹੜੀਆਂ ਬਣਾਈਆਂ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਬਣਾਈਆਂ ਨੇ, ਪਰ ਤੁਸੀਂ ਅੰਦਰ ਗਏ ਹੋ, ਇਹਨਾਂ ਦਾ ਤੁਸੀਂ ਵਿਹਾਰ ਦੇਖਿਆ, ਬਹੁਤ ਹੀ ਜਿਹੜਾ ਬੁਰਾ ਇਹਨਾਂ ਦਾ ਵਰਤਾਵ ਹੈ। ਆਪਣੇ ਤੋਂ ਜਿਹੜੇ ਪੱਲਾ ਛਡਾ ਲੈਂਦੇ ਨੇ ਡੇਲੀ, 15 ਲੱਖ ਰੁਪਇਆ ਇੱਥੇ ਜਿਹੜਾ ਕੈਸ਼ ਆ ਇਹ ਇਕੱਠਾ ਕਰ ਰਹੇ ਨੇ, ਅਤੇ ਉਹ ਕਹਿੰਦੇ ਉਹ ਸਾਡੀ ਜ਼ਿੰਮੇਵਾਰੀ ਆ। ਟੋਲ ਮੇਨਟੇਨੈਂਸ ਦੀ ਗੱਲ ਕੀਤੀ ਜਾਵੇ ਗੁਰਪ੍ਰੀਤ ਜੀ, ਜਿੰਨੀ ਕੁ ਮੈਨੂੰ ਵੀ ਜਾਣਕਾਰੀ ਹੈ, ਟੋਲ ਮੇਨਟੇਨੈਂਸ ਦਾ ਉਹ ਫਰਜ਼ ਹੈ ਵੀ ਜੇਕਰ ਤੁਹਾਡੀ ਗੱਡੀ ਦਾ ਤੇਲ ਵੀ ਮੁੱਕ ਜਾਂਦਾ ਤਾਂ ਮੇਨਟੇਨੈਂਸ ਦੀ ਗੱਡੀ ਆਊਗੀ, ਤੁਹਾਡੀ ਗੱਡੀ 'ਚ ਤੇਲ ਪਵਾ ਕੇ ਜਾਓ। ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ, ਤੁਹਾਡੇ ਰਾਹ ਦੇ ਵਿੱਚ ਗੱਡੀ ਖੜ ਗਈ, ਸਾਡੀ ਗੱਡੀ ਪਹੁੰਚੂਗੀ ਤਾਂ ਤੁਹਾਨੂੰ ਟੋ ਕਰਕੇ ਲੈ ਕੇ ਜਾਓ, ਜੇਕਰ ਤੁਸੀਂ ਉਹਨਾਂ ਦੇ ਗਾਈਡਸ ਲੈਣ ਪੜੋ। ਤੁਸੀਂ ਉਹ ਛੱਡੋ ਜੀ, ਆਹ ਤੁਸੀਂ ਵੀਡੀਓ ਦੇਖੋ, ਰਾਤ ਵੀ ਹਾਸਾ ਇਹਦੇ ਕਰਕੇ ਹੋਇਆ ਤਾਂ ਇੱਕ ਜਾਨਵਰ ਜਿਹੜਾ ਰੋਡ ਤੇ ਖੜਾ ਸੀਗਾ, ਆਟੋ ਟੈਂਪੂ ਚਾਲਕ ਉਹਨੂੰ ਬਚਾਉਂਦਾ ਬਚਾਉਂਦਾ ਸਾਈਡ ਤੇ ਕਰ ਦਿੰਦਾ, ਬੱਸ ਆ ਜਿਹੜੀ ਤਾਂ ਉਹ ਖਾਈ ਦੇ ਵਿੱਚ। ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀ ਜੀ, ਇਹ ਜਿਹੜਾ ਇਹਨਾਂ ਦਾ ਮੇਨ NH ਦਾ ਰੋਡ ਹੈ, ਇਹ ਸੋਨੀਆ ਵਾਲੀ ਬੀੜ ਬਣਿਆ ਪਿਆ, ਇਹਦੇ 'ਚ ਇਹ ਨਹੀਂ ਪਤਾ ਵੀ ਕਿੱਥੇ ਕੁੱਤੇ ਬੈਠੇ ਆ, ਕਿੱਥੇ 'ਚ ਅਵਾਰਾ ਪਸ਼ੂ ਬੈਠੇ ਆ, ਤੇ ਕਿੱਥੇ ਕੋਈ ਮੋਟਰਸਾਈਕਲ ਵਾਲਾ ਜਲਦੀ ਜਾਣ ਦਾ ਮਾਰਾ ਵਿੱਚ ਦੀ ਕਿੱਧਰੋਂ ਨਿਕਲਿਆ ਹੋਵੇ। ਰਾਤ ਵੀ ਇਹ ਜਿਹੜਾ ਹਾਦਸਾ ਇਸ ਕਾਰਨ ਹੀ ਵਾਪਰਿਆ। ਭਵਾਨੀਗੜ੍ਹ ਸ਼ਹਿਰ ਚਲੇ ਜਾਓ, ਦੋਨੇ ਪਾਸੇ ਸਰਵਿਸ ਰੋਡਾਂ ਦੇ ਨਾਲ ਨਾਲ ਫੁੱਟ ਫੁੱਟ ਮਿੱਟੀ ਚੜੀ ਪਈ ਹੈ, ਅੱਕ ਹਰੇ ਹੋ ਰਹੇ ਨੇ। ਵੀਡੀਓ ਮੇਰੇ ਕੋਲ ਨੇ ਬਣਾਈਆਂ, ਤੁਹਾਨੂੰ ਦਿਖਾ ਦਿੰਦਾ, ਇੰਨਾ ਬੁਰਾ ਹਾਲ ਹੈ ਸਾਫ ਸਫਾਈ ਦਾ। ਜਿੱਥੇ ਕੋਈ ਪਾਣੀ ਨਿਕਲ ਰਿਹਾ ਪਾਣੀ ਨਿਕਲ ਰਿਹਾ, ਜਿੱਥੇ ਮਿੱਟੀ ਪਈ ਆ ਗਾਰਾ ਬਣ ਰਿਹਾ ਗਾਰਾ ਬਣ ਰਿਹਾ। ਕੁੱਲ ਮਿਲਾ ਕੇ ਟੋਲ ਮੇਨਟੇਨੈਂਸ ਪੈਸੇ ਇਕੱਠੇ ਕਰਨ ਤੇ ਸਿਰਫ ਇਹਨਾਂ ਦਾ ਮਕਸਦ ਆ ਰੋਜ਼ ਦੀ ਰੋਜ਼ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢਣਾ।
ਉਹਦੇ ਬਦਲੇ ਸਹੂਲਤ ਇਹ ਤੁਸੀਂ ਤੇਲ ਦੀ ਤਾਂ ਛੱਡੋ, ਇਹ ਇੱਕ ਬੰਦੇ ਨੂੰ ਚੱਕ ਕੇ ਵੀ ਲਿਜਾ ਨਹੀਂ ਸਕਦੇ। ਇਸੇ ਲਈ ਅੱਜ ਅਸੀਂ ਫੈਸਲਾ ਕੀਤਾ ਇੱਥੇ ਸਾਰੇ ਬੰਦਿਆਂ ਨੇ ਕਿ ਪੰਚਾਇਤੀ ਇਲੈਕਸ਼ਨ ਕਾਰਨ ਅਸੀਂ ਇਹਨਾਂ ਨੂੰ ਅੱਜ 5 ਤਰੀਕ 'ਚ ਖੜ੍ਹੇ ਹਾਂ, 10 ਦਿਨ ਦਿੱਤੇ 15 ਤਰੀਕ ਤੱਕ। 16 ਤਰੀਕ ਨੂੰ ਅਸੀਂ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਜਿਹੜਾ ਟੋਲ ਆ ਉਹ ਭਵਾਨੀਗੜ੍ਹ ਵਾਸੀਆਂ ਨੂੰ ਬੇਨਤੀ ਵੀ ਕਰਦੇ ਹਾਂ ਕਿ 16 ਤਰੀਕ ਤੋਂ ਇਹ ਟੋਲ ਆ ਫ੍ਰੀ ਕਰਾਂਗੇ, ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ। ਜਿੰਨਾ ਟਾਈਮ ਇਹ ਜਿਹੜੀ ਜਿੰਨਾ ਇਹਨਾਂ ਨੂੰ ਅਸੀਂ ਮੇਨਟੇਨੈਂਸ ਹੈ ਉਹ ਨਹੀਂ ਕਰਦੇ ਚੰਗੇ ਢੰਗ ਨਾਲ, ਇੱਥੇ ਐਂਬੂਲੈਂਸ ਦਾ ਕੋਈ ਲੋਕਲ ਨੰਬਰ ਨਹੀਂ ਦਿੰਦੇ, ਹੈਡਰਾ ਖੜਾ ਨਹੀਂ ਕਰਦੇ, ਇਹ ਜਿਹੜਾ ਟੋਲ ਦਾ ਕੋਈ ਜਿਹੜਾ ਪੈਸਾ ਉਹ ਸਾਡੇ ਭਵਾਨੀਗੜ੍ਹ ਵਾਸੀਆਂ ਵੱਲੋਂ ਨਹੀਂ ਦਿੱਤਾ ਜਾਊਗਾ। ਤਾਂ ਸ਼ਹਿਰ ਵਾਸੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਵੀ ਲਿਆ ਗਿਆ ਇਹਨਾਂ ਹਾਲਾਤਾਂ ਨੂੰ ਲੈ ਕੇ। ਤਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਦੇ ਵੱਲੋਂ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਪਰ ਉਹਨਾਂ ਸਹੂਲਤਾਂ ਦਾ ਲੋਕਾਂ ਨੂੰ ਕਦੋਂ ਲਾਭ ਮਿਲੇਗਾ? ਤਾਂ ਜਦੋਂ ਹਾਦਸਾ ਹੋ ਜਾਂਦਾ ਤਾਂ ਮੌਕੇ 'ਤੇ ਨਾ ਟੋਲ ਪਲਾਜ਼ੇ ਦੀ ਐਂਬੂਲੈਂਸ ਪਹੁੰਚਦੀ ਹੈ ਅਤੇ ਨਾ ਜਿਹੜਾ ਹਾਈਡਰਾ ਪਹੁੰਚਦਾ, ਪਰ ਇਹਨਾਂ ਲੋਕਾਂ ਨੂੰ ਜਵਾਬ ਚਾਹੀਦਾ ਕਿ ਜੇਕਰ ਟੋਲ ਮੇਨਟੇਨੈਂਸ ਸਾਡੇ ਤੋਂ ਪੈਸੇ ਲੈ ਰਹੀ ਹੈ ਤਾਂ ਸਾਨੂੰ ਦੇ ਕੀ ਰਹੀ ਹੈ, ਲੋਕਾਂ ਨੂੰ ਸਹੂਲਤ ਕੀ ਦੇ ਰਹੀ ਹੈ? ਜੇਕਰ ਕੱਲ੍ਹ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਜੋ PATC ਬੱਸ ਦਾ ਹਾਦਸਾ ਹੁੰਦਾ ਤਾਂ ਉਹ ਚੰਡੀਗੜ੍ਹ ਪਟਿਆਲਾ ਤੋਂ ਆਉਂਦੀ ਹੈ, ਤਾਂ ਉਹ ਇਹਨਾਂ ਟੋਲ ਦੇ ਪੈਸੇ ਦੇ ਕੇ ਇੱਥੋਂ ਨਿਕਲਦੀ ਹੈ। ਤਾਂ ਜਦੋਂ ਹਾਦਸਾ ਹੋ ਜਾਂਦਾ ਤਾਂ ਟੋਲ ਮੇਨਟੇਨੈਂਸ ਦੀ ਉਹਨਾਂ ਬੱਸ ਨੂੰ ਸਹੂਲਤ ਕਿਉਂ ਨਹੀਂ ਮਿਲੀ? ਤਾਂ ਸ਼ਹਿਰ ਵਾਸੀ ਵੀ ਇਸ ਚੀਜ਼ ਦਾ ਜਵਾਬ ਮੰਗਦੇ ਨੇ। ਤਾਂ ਅੱਜ ਜਿਹੜਾ ਅਲਟੀਮੇਟ ਵੀ ਦਿੱਤਾ ਕਿ 15 ਤਰੀਕ ਤੱਕ ਜੇਕਰ ਨਹੀਂ ਹੱਲ ਕੀਤਾ ਤਾਂ ਵੱਡਾ ਐਕਸ਼ਨ ਲਿਆ ਜਾਵੇਗਾ, ਤਾਂ ਸ਼ਹਿਰ ਵਾਸੀਆਂ ਨੂੰ ਭਵਾਨੀਗੜ੍ਹ ਦੇ ਲੱਗਦੇ 66 ਪਿੰਡਾਂ ਨੂੰ ਇਹ ਟੋਲ ਹੈ ਤਾਂ ਉਹ ਫ੍ਰੀ ਦਿੱਤਾ ਜਾਵੇਗਾ। ਹੋਰ ਵੀ ਅਹਿਮ ਜਾਣਕਾਰੀ ਦਿੰਦੇ ਰਹਾਂਗੇ, ਤਦ ਤੱਕ ਦੋ ਇਜਾਜ਼ਤ। ਮੈਂ ਰਿਸ਼ਪਿੰਦਰ ਸਿੰਘ, ਧੰਨਵਾਦ।